ਗੁਜਰਾਤ ਚ ਨਹੀਂ ਕਹਿ ਰਹੇ ਸੀਗੇ, ਠੀਕ ਹੈ ਜੀ, ਡੀਏ ਉਹ ਹਾਲੇ ਤੱਕ ਨਹੀਂ ਦਿੱਤਾ ਹੈਗਾ। ਜਿਹੜੇ ਸਾਡੇ ਪੈਨਸ਼ਨਰ ਨੇ 2.59 ਦਾ ਆਪ ਸਰਕਾਰ ਮੰਨੀ ਹੈ, ਪਰ ਉਹ ਹਾਲੇ ਤੱਕ ਜਾਰੀ ਨਹੀਂ ਕਰ ਰਹੀ, ਸਿਰਫ ਲਾਰੇ ਅਤੇ ਇਸ਼ਤਿਹਾਰਬਾਜ਼ੀ ਤੋਂ ਇਲਾਵਾ ਪੰਜਾਬ ਸਰਕਾਰ ਕਰਤੀ ਹੈ। ਗੁਜਰਾਤ ਚ ਨਹੀਂ ਕਹਿ ਰਹੇ ਸੀਗੇ, ਠੀਕ ਹੈ ਜੀ, ਡੀਏ ਉਹ ਹਾਲੇ ਤੱਕ ਨਹੀਂ ਦਿੱਤਾ ਹੈਗਾ। ਜਿਹੜੇ ਸਾਡੇ ਪੈਨਸ਼ਨਰ ਨੇ 2.59 ਦਾ ਆਪ ਸਰਕਾਰ ਮੰਨੀ ਹੈ, ਪਰ ਉਹ ਹਾਲੇ ਤੱਕ ਜਾਰੀ ਨਹੀਂ ਕਰ ਰਹੀ।